ਜੀ ਅਸਲਾਮ ਵਾਲੇਕਮ ਦੋਸਤੋ, ਵੈਲਕਮ ਬੈਕ ਜੀ ਸਭ ਭਾਈਆਂ ਕੋ ਯੂਟਿਊਬ ਚੈਨਲ ਪੇ ਐਡ ਫੇਸਬੁੱਕ ਪੇਜ 'ਤੇ ਜੀ। ਆਏ ਦੋਸਤੋ, ਦਰਵਾਜ਼ੇ ਸਰਵਾਜ਼ੇ ਆਪਣੇ ਸਾਹਮਣੇ ਉੱਪਰ ਆ ਰਹੇ ਹਾਂ ਜੀ। ਆਜ ਲੱਗਣੇ ਲੱਗੇ ਹਾਂ ਦਰਵਾਜ਼ੇ ਰੱਖਣੇ ਸੇ ਪਹਿਲੇ ਜੋ ਹੈ ਨਾ ਹਮਾਰੇ ਦੋਸਤ ਆਜ ਪਾਰਟੀ ਮੰਗਣੇ ਕੇ ਲਈ ਆ ਗਏ। ਸਿੱਧਾ ਰੱਖੋ ਜਨਾਬ, ਇਸ ਨੂੰ ਸਿੱਧਾ ਰੱਖੋ, ਇਹ ਪੁੱਠਾ ਹੋ ਗਿਆ। ਦੋਸਤ ਆਜ ਜੀ ਹਮਾਰੇ ਆ ਗਏ ਹੈ, ਜੇ ਦੇਖੇ ਹਮਾਰੇ ਜੋ ਮੁਨਸਬ ਸਾਹਿਬ ਜਾਤੇ ਰਹੇ ਹਾਂ। ਜਨਾਬ ਸੁਣਾਓ, ਛੱਤ ਸਹੀ ਬਣ ਰਹੀ ਹੈ, ਕੰਮ ਸ਼ਾਮ ਠੀਕ ਹੋ ਰਿਹਾ? ਤੁਸੀਂ ਤਾਂ ਬੰਦ ਕਰੋ ਜਨਾਬ, ਤੁਸੀਂ ਕੀ ਕੋਲੋਂ ਸਿੱਧੂ ਮੂਸੇਵਾਲਾ ਲਾ ਦਿੱਤਾ ਹੈ? ਸਿੱਧੂ ਮੂਸੇਵਾਲਾ ਆਪਣੇ ਬਦਮਾਸ਼ੀ ਵਾਲੇ ਗਾਣੇ ਦੇਖ ਅਤੇ ਆਪਣਾ ਆਪ ਦੇਖ, ਤੂੰ ਇੱਧਰ ਕਰਨਾ ਤੇਰਾ ਐ ਦੇ ਸਿੱਧਾ, ਤੇਰੇ ਤੋਂ ਦੇਖਿਆ ਨਹੀਂ ਜਾਂਦਾ ਬਦਮਾਸ਼ੀ ਵਾਲੇ ਤੂੰ ਗਾਣੇ, ਜੇ ਤੈਨੂੰ ਗੋਲੀ ਮਾਰਨੀ ਪੈ ਗਈ ਕਿਸੇ ਨੂੰ ਕਿਵੇਂ ਮਾਰੇਗਾ? ਤੂੰ ਦੱਸ ਨਾ, ਅੱਖ ਡੇਂਗੇ ਕਰ, ਜਿੰਨੇ ਕਹਿਣਾ ਨਾ ਮਾਰੋ ਇਹਨੇ ਉਹਨੂੰ ਮਾਰ ਦੇਣੀ ਹੈ ਪਹਿਲਾਂ। ਬਹਰਹਾਲ ਦੋਸਤੋ, ਆਈਏ ਆਪਕੇ ਸਾਹਮਣੇ ਜਿਸ ਤਰ੍ਹਾਂ ਸੇ ਕਿ ਦੀਵਾਰਾਂ ਪਿੱਛੇ ਵਾਲੀ ਸਾਰੀ ਮੁਕੰਮਲ ਹੋ ਗਈ ਹੈ ਜੀ। ਵੋ ਜ਼ਰਾ ਜਬ ਜਾਲ ਕਾ ਮੈਨੇ ਜੋ ਹੈ ਨਾ ਵੋ ਲੋਕੇਸ਼ਨ ਸਾਰੀ ਦੇਖੀ ਹੈ, ਜੋ ਆਗੇ ਜਾਲ ਰੱਖੇਗਾ ਨਾ ਵੋ ਬਿਲਕੁਲ ਉੱਪਰ ਸੇ ਟਾਪ ਜਿਹਾ ਵੋ ਬਿਲਕੁਲ ਬਰਾਬਰ ਹੋ ਗਏ, ਨਹੀਂ ਜੈਸਾ ਪੀਤੇ ਹਾਂ ਪਹਿਲਾਂ ਪੀਤੀਏ, ਇਹਨਾਂ ਬਾਅਦ 'ਚ ਛੱਡਣੀ ਨਹੀਂ ਸੀ। ਵੇਖਣ ਵਾਲਿਆਂ ਨੂੰ ਵੀ ਸੁਣਾ ਮਾਰ ਲਿਆ ਕਰੋ ਬਾਈ। ਅੱਛਾ ਦੋਸਤੋ, ਬਾਕੀ ਇਹ ਲੋਕੇਸ਼ਨ ਹੈ ਆਪਕੇ ਸਾਹਮਣੇ। ਆਜ ਹਮਾਰੇ ਦੋਸਤ ਜੋ ਹੈ ਨਾ ਵੋ ਇਤਨੇ ਦਿਨੋਂ ਕੇ ਬਾਅਦ ਆ ਜਾਏ ਹੋਏ ਹੈ, ਕਿਉਂਕਿ ਆਜ ਧੂਪ ਵੀ ਲੱਗੀ ਹੈ ਬੜੀ ਮਜ਼ੇ ਕੀ। ਇਹ ਦੋਸਤੋ ਆਪਕੋ ਨਜ਼ਰ ਆ ਰਹੀ ਹੈ ਜਿਸ ਤਰ੍ਹਾਂ ਸੇ ਆਜ ਦਿਨ ਲਗਾ ਉਸ ਤਰ੍ਹਾਂ, ਯਾਨੀ ਕਿ ਜਿਸ ਤਰ੍ਹਾਂ ਪਹਿਲੇ ਹਮਾਰਾ ਜ਼ਹਿਨ ਥਾ ਕਿ ਜਿਨ ਦਿਨੋਂ ਮੈਂ ਕਾਮ ਸ਼ੁਰੂ ਕਰਨੇ ਕਾ, ਆਜ ਦਿਨ ਵੋ ਲਗਾ। ਬਹਰਹਾਲ ਕੋਈ ਨਹੀਂ ਦੋਸਤੋ, ਆਗੇ ਦੇਰ ਆਏ ਦਰੁਸਤ ਆਏ। ਬਾਕੀ ਜੇ ਕਬੂਤਰ ਸ਼ਬੂਤਰ ਦੇਖੇ ਉੱਪਰ ਆ ਚੜਿਆ, ਕੱਲ੍ਹ ਤੋਂ ਇਹ ਬਿਲਕੁਲ ਝੁੰਬੇ ਛੁੰਬੇ ਮਾਰ ਗਏ ਥੇ, ਇਨਕਾ ਯੂੰ ਗਰਦਨੇ ਅੰਦਰ ਘੁਸੇੜ ਗਏ ਥੇ, ਕਿਉਂਕਿ ਚਾਰ ਦਿਨ ਕੇ ਬਾਅਦ ਆਜ ਧੂਪ ਲੱਗੇ। ਚਾਰ ਦਿਨ ਦੋਸਤੋ ਸੂਰਜ ਕਾ ਬਿਲਕੁਲ ਨਾਮੋ ਨਿਸ਼ਾਨ ਨਹੀਂ ਨਿਕਲਾ ਜੀ, ਨਹੀਂ ਖੁੱਲਦੀ ਪਈ ਹੈ, ਨਹੀਂ ਨਹੀਂ ਟੋਚਣ ਨਹੀਂ ਲੱਗਾ, ਖੋਲੋ ਸੀ ਯਾਰ। ਹਾਂ ਖੁੱਲ ਗਈ, ਹੁਣ ਖੁੱਲ ਗਿਆ, ਜ਼ਰਾ ਟਾਇਟ ਰੱਖੀਆਂ ਨੇ ਤਾਂ ਕਿ ਜਿਹੜਾ ਨਾ ਉਹ ਕੰਮ ਖਰਾਬ ਨਾ ਹੋਇਆ। ਇਸ ਤਰੀਕੇ ਨਾਲ ਨਹੀਂ ਇਹ ਹੋਣੀਆਂ ਹੈ, ਤਾਲੇ ਗੁੰਮ ਨੇ, ਤਾਲੇ ਗੁੰਮ ਵੀ ਨੇ, ਤਾਂ ਦੂਸਰੇ ਵੀ ਲਾਵਾਂਗੇ ਨਾ, ਤਾਂ ਕਿ ਨਿਜ਼ਾਮ ਸਾਰਾ ਸੈੱਟ ਹੋਵੇਗਾ। ਬਹਰਹਾਲ ਦੋਸਤੋ ਲੱਗੇ ਹੋਏ ਹਾਂ ਇਸੇ ਤਰ੍ਹਾਂ ਸੇ, ਸ਼ੁਗਲ ਮੇਲਾ ਜਿਹਾ ਨਾ ਉਹ ਆਪਕੇ ਸਾਹਮਣੇ ਜਿਸ ਤਰ੍ਹਾਂ ਲੱਗ ਰਿਹਾ। ਬਲਾਲ ਭਾਈ ਥੱਲੇ ਉਹਨਾਂ ਕੋਲ ਬਾਲੇ ਬੁਲੇ ਵੇਖ ਕੇ ਲਿਆਓ, ਵਾਲੀਆਂ ਲੱਕੜੀਆਂ ਲੈ ਆਓ, ਇਹਨਾਂ ਦੇ ਉੱਪਰ ਜਿਹੜਾ ਰੱਖ ਕੇ ਅਤੇ ਇਹਨਾਂ ਨੂੰ ਥੋੜ੍ਹਾ ਜਿਹਾ ਕਾਬੂ ਕਰੀ। ਆਹੋ ਵੱਡੀਆਂ ਵੱਡੀਆਂ ਲੈ ਆਇਆ ਜੀ, ਜਿਹੜੀਆਂ ਥੋੜ੍ਹੀਆਂ ਉਹ ਦੂਸਰੀ ਪੌੜੀ ਲਾ ਲਓ, ਛੋਟੀ ਵੀ ਇੱਥੇ ਆ ਜਾ ਪੌੜੀ, ਉਹ ਥੱਲੇ ਛੋਟੀ ਪੌੜੀ ਪਈ ਉਹ ਲਾ ਲਿਆ ਜੇ, ਕਿਉਂਕਿ ਵੱਡੇ ਮਾਸ ਵਾਲਾ ਕੱਲ੍ਹ ਵਾਲਾ ਕੰਮ ਮੁੱਕ ਗਿਆ। ਜਨਾਬ ਉਹ ਬੋਤਲ ਸ਼ੋਤਲ ਪੀ ਦੇਖਦੇ, ਬੋਤਲ ਪੀਣ ਦੇ ਸਟਾਈਲ ਦੇਖ, ਉਸਦੇ ਸਾਰੀ ਥੱਲੇ ਰੁੜਦੀ ਹੈ ਪਈ, ਤੇ ਤੂੰ ਥੋੜ੍ਹੀ ਪਾ ਲੈ ਹਜ਼ਾਰ, ਨਸਵਾਰ ਵੀ ਅੰਦਰ ਖਿੱਚ ਕੇ ਲੈ ਗਿਆ ਬੋਤਲ ਦੇ ਨਾਲ ਹੀ ਜੇ ਜੀ। ਤੂੰ ਬਦਲ ਇਸ ਤੋਂ ਦਿੱਤੀ ਨਹੀਂ, ਤੂੰ ਸਾਰੀ ਆਪ ਹੀ ਪੀ ਗਿਆ, ਸਾਰੀ ਰੁੜਦੀ ਹੈ ਵੀ ਬੋਤਲ ਜਦੋਂ ਤੂੰ ਪੀਤੀ ਹੈ। ਅੱਛਾ ਹੁਣ ਗੱਲ ਸੁਣੋ ਮੇਰੀ, ਇੱਕ ਬੋਤਲ ਪੀ ਲਵੋ, ਉਹ ਇੱਟਾਂ ਇੱਤਲ ਕੈਚ ਕਰਾ ਦਿਓ ਇੱਕ ਜਿੰਨਾ ਜਾ ਕੇ ਉਤਲੋ, ਉਹ ਥੋੜ੍ਹੀ ਇੱਟ 100 ਇੱਟ ਨਹੀਂ ਹੋਣੀ ਹੋਲੀ, ਇੱਤਲ ਆਹੋ ਹੈ ਸਾਈਡ ਵੱਲ ਖੜੋ ਕੇ ਨਾ, ਉਹ ਤਾਂ ਪਿੱਛੇ ਤਾਂ ਰਸਤਾ ਬੰਦ ਹੋ ਗਿਆ ਨਾ, ਉੱਥੇ ਇੱਕ ਜਣਾ ਕੈਚ ਕਰਾਵੇ ਅਤੇ ਇੱਕ ਜਣਾ ਇੱਥੋਂ ਫੜ ਲਵੇ। ਉਹ ਪਿਛਲੀ ਛੱਤ ਵੱਲੋਂ ਕੰਮ ਮੁੱਕ ਜਾ ਸਾਡਾ, ਜੋ ਮਤਲਬ ਸਾਰਾ ਮਟੀਰੀਅਲ ਪਹਿਲਾਂ ਆ ਗਿਆ ਇਹ ਹੀ ਬਸ ਰਹਿੰਦਾ, ਠੀਕ ਹੈ। ਉਹ ਸੀੜੀ ਥੱਲੇ ਲੱਗੀ ਹੈ ਯਾਰ, ਉਹਦੇ ਉਹ ਤਾਂ ਖਲੋ ਕੇ ਜੀ ਜਪਾਨੀਆਂ ਇੱਥੋਂ ਫੜ ਲੈਣਾ ਜੀ ਇੱਕ ਜਣੇ ਨੇ। ਉਹ ਯਾਰ ਥੱਲੇ ਉਹਨਾਂ ਨੂੰ ਸਹੀ ਹੈ, ਥੱਲੇ ਬੜੀ ਮੁਸ਼ਕਿਲ, ਉਹ ਸਾਈਡ ਵੱਲ ਜਾ ਤੈਨੂੰ ਪਤਾ ਲੱਗਿਆ ਥੱਲੇ ਉਹ 3 ਫੁੱਟ ਅੱਗੇ ਨਹੀਂ, ਮੈਂ 5 ਫੁੱਟ ਉੱਤੋਂ ਪੜਦਾ ਹੋ ਗਿਆ, 6 ਫੁੱਟ ਤੇ ਉਹ ਉੱਚਾ ਹੋ ਗਿਆ ਬੜਾ। ਨਹੀਂ ਕੁਕੜੀਆਂ ਪਰਾਂ ਕਰ ਲਿਆ, ਕੁਕੜੀ ਨਾ ਕੋਈ ਮਾਰਿਆ ਜੇ, ਬੜੇ ਆਂਡੇ ਮਹਿੰਗੇ ਹੋ ਗਏ, ਪਰਦੇਸੀ ਆਂਦਾ 60 ਰੁਪਏ। ਹਾਂਜੀ ਨਹੀਂ ਫੜੀ ਜਾਣੀ ਹੈ, ਵੇਖ ਲਓ ਜੇ ਫੜੀ ਜਾਣੀ ਹੈ। ਉਹ ਜਾਂ ਫਿਰ ਉਹ ਗਾਡਰ ਰੱਖ ਲਓ ਵਿੱਚ, ਗਾਡਰ ਫਿਰ ਕੱਢਾਂਗੇ ਕਿਵੇਂ,
ਚਲੋ ਕਰ ਲੋ ਜਿਵੇਂ ਯਾਰ ਕਰਨਾ ਜੇ ਨਾ ਉਵੇਂ ਤੁਸੀਂ ਕਰ ਲਓ, ਗਾਰਡਰ ਰੱਖੋ ਵਿੱਚ ਤੇ ਉਧਰ ਜਾ ਕੇ ਨਾ ਇੱਟਾਂ ਨੂੰ ਫੜਾਣਾ ਇੱਧਰ ਰੱਖੀ ਹੈਗਾ। ਚਲੋ ਕਰ ਲਓ ਫਿਰ ਜਿਵੇਂ ਬਿਹਤਰ ਲੱਗਦਾ ਜਿਵੇਂ ਕਰ ਲਓ। ਦੋਸਤੋ ਅਭੀ ਆਪ ਕੋ ਲੋਕੇਸ਼ਨ ਜਾਣਾ ਵਾ ਸਹੀ ਨਹੀਂ ਨਜ਼ਰ ਆਏਗੀ, ਅਭੀ ਤਰ੍ਹਾਂ ਥੋੜਾ ਸਾ ਕਾਮ ਸ਼ਾਮ ਕਰ ਲੈ ਫਿਰ ਆ ਸਾਥ ਆ ਕੇ ਵੀਡੀਓ ਸ਼ੇਅਰ ਕਰਦਾ। ਠੀਕ ਹੈ ਦੇ ਦੋਸਤੋ, ਜੇ ਆਓਗੇ ਸਾਹਮਣੇ ਖੁੱਡੇ ਛੁੱਡੇ ਬਣ ਰਹੇ ਆ, ਔਰ ਜੋ ਮੈਂ ਚੀਜ਼ ਸੋਚੀ ਸੀ ਕਿ ਆਹ ਜੋ ਹੈ ਨਾ ਪੂਰੀ ਹੋ ਜਾਏਗੀ ਦੀਵਾਰੇ, ਬਾਕੀ ਪੂਰੀ ਨਹੀਂ ਜੀ ਹੋ ਸਕੀ, ਇਹ ਤਕਰੀਬਨ ਰਹਿ ਗਈਆਂ ਕਿਤਨੀ, ਇੱਕ ਦੋ ਤਿੰਨ ਚਾਰ ਪੰਜ ਛੇ ਸਾਤ ਸਾਤ ਦੋਸਤੋ ਜੋ ਹੈ ਨਾ ਉਹ ਬਾਹਰ ਰਹਿ ਗਏ ਆ, ਔਰ ਸੁਬਹ ਇਨਸ਼ਾਅੱਲਾ ਜੇ ਫਿਰ ਕਰ ਲੈਂਗੇ। ਆ ਕੇ ਇਹ ਆ ਗਿਆ 5 ਵਜੇ ਦਾ ਟਾਈਮ ਹੋ ਗਿਆ, ਛੁੱਟੀ ਦਾ ਟਾਈਮ ਹੋ ਗਿਆ, ਇਸ ਟਾਈਮ 'ਚ ਜੋ ਹੈ ਨਾ ਉਹ ਹਮ ਫਾਰਗ ਹੋ ਕੇ ਕਰੇ ਸਾਰੇ ਕੰਮ, ਔਰ ਸਾਥ ਮੇਂ ਇੱਧਰ ਪਰਿੰਦੇ ਵੀ ਦੇਖੇ, ਕਬੂਤਰ ਯੇ ਵਾਲੇ ਵੀ ਦੋਸਤੋ, ਦਾਣਾ ਪਾਣੀ ਯਾਨੀ ਕਿ ਮੰਗ ਰਿਹਾ ਮੁਝਸੇ, ਕਹਿ ਰਹੇ ਕਿ ਮੁਝੇ ਦਾਣਾ ਡਾਲੋ ਆ ਕੇ ਜੇ ਦੇਖੀ। ਤੋ ਆ ਕੇ ਬਾਹਰ ਜੋ ਮੈਂ ਚੀਜ਼ ਇੱਕ ਐਸਾ ਸ਼ੇਅਰ ਕੀਤੀ ਹੈ ਜੋ ਆ ਕੇ ਦੋਸਤੋ ਬਣਾ ਰਹੇ ਹੈ, ਯਾਨੀ ਕਿ ਇਨਕਾ ਛੇੜ ਆ ਕੇ ਨਿਕਾਲਾ, ਠੀਕ ਹੈ ਭਾਈ ਇਹ ਹੈ, ਤਾਂ ਕਿ ਆ ਕੇ ਕੁੱਤੇ ਕੇ ਅੰਦਰ ਬਾਰਿਸ਼ ਨਾ ਜਾਏ, ਔਰ ਵੈਸੇ ਵੀ ਕਬੂਤਰ ਜੋ ਹੈ ਨਾ ਉਹ ਆਪਣਾ ਧੂਪ ਲੱਗੀ ਉਹਦੇ ਇੱਧਰ ਅੰਦਰ ਘੁੱਸ ਗਏ, ਠੀਕ ਹੈ, ਔਰ ਆਗੇ ਸੇ ਜੋ ਹੈ ਨਾ ਸੇਡ ਇਨਕਾ ਯਾਨੀ ਕਿ ਜਾਲ ਕੇ ਆਗੇ ਜਾਣਾ, ਬੰਦਾ ਖੁਰਾਕ ਸ਼ੁਰਾਕ ਡਾਲੇ ਨਾ ਕਬੂਤਰੋਂ ਕੋ ਜਾਵੇ, ਯਾਨੀ ਕਿ ਬਾਜੀ ਬੂਜੀ ਹੋਤੀ ਆ, ਤੋ ਫਿਰ ਜੋ ਹੈ ਨਾ ਉਹ ਈਜ਼ੀਲੀ ਆਰਾਮ ਸੇ ਬੰਦਾ ਇੱਕ ਸਾਈਡ ਮੈਂ ਬੈਠ ਕੇ ਛਾਓ ਕੇ ਅੰਦਰ ਬੈਠ ਕੇ ਤੋ ਖੁਰਾਕ ਡਾਲੇ, ਕਿਉਂਕਿ ਯਹਾਂ ਸੇ ਖੁਰਾਕ ਮੈਂ ਡਾਲਦਾ ਤਰ੍ਹਾਂ ਕਬੂਤਰੋਂ ਕੋ, ਤੋ ਧੂਪ ਕੇ ਅੰਦਰ ਵੀ ਫਿਰ ਬੈਠ ਕੇ ਖੁਰਾਕ ਦੇਣਾ ਪੜਦਾ, ਕਬੂਤਰ ਕੇ ਵੀ ਪਾਉਂ ਸੜਦੇ ਥੇ, ਯਾਨੀ ਕਿ ਨੀਚੇ ਸੇ ਖੁਰਾਕ ਖਾਤੇ ਸਮੇਂ ਜਦ ਗਰਮੀ ਹੋਤੀ ਧੂਪ ਹੋਤੀ ਸੀ, ਇਸ ਵਜ੍ਹਾ ਸੇ ਇਹ ਜਾਣਾ ਉਹ ਬਣਾਇਆ। ਔਰ ਆਗੇ ਕਾਮ ਇਨਸ਼ਾਅੱਲਾ ਅਭੀ ਦੋਸਤੋ ਹੋਣੇ ਵਾਲਾ ਮਜ਼ੀਦ ਪੜਾ ਹੋਇਆ, ਰਾਜ ਮਾਰੀ ਜੋ ਲੇਬਰ ਆਈ ਹੋਈ ਸੀ ਉਹ ਭਾਗ ਦੌੜ ਜਾਤੀ ਹੈ, ਇਸੀ ਤਰ੍ਹਾਂ ਸੇ ਆਤੀ ਹੈ 2 ਮਿੰਟ, ਔਰ 2 ਮਿੰਟ ਕੇ ਅੰਦਰ ਅੰਦਰ ਉਹ ਚਲੀ ਜਾਤੀ ਹੈ ਭਾਗ ਕੇ ਬਾਹਰ ਵਾਲਾ। ਅਭੀ ਇਹ ਕਰ ਰਹੇ ਹਾਂ ਜੀ, ਤੋ ਇਨਸ਼ਾਅੱਲਾ ਉਮੀਦ ਬੜੀ ਹੈ ਕਿ ਸੁਬਹ ਤੱਕ ਇਨਸ਼ਾਅੱਲਾ ਫਿਰ ਕਲੀਅਰ ਹੋ ਹੀ ਜਾਏਗੀ ਦੀਵਾਰੇ, ਕਿਉਂਕਿ ਇਹ ਦੀਵਾਰੇ ਆਜ ਨਹੀਂ ਹੋ ਪਾਈ, ਕੋਸ਼ਿਸ਼ ਤੋਂ ਬੜੀ ਕੀ ਥੀ, ਬਾਕੀ ਕੋਈ ਨਹੀਂ, ਫਿਰ ਅੱਲਾ ਕੇ ਪਾਸ ਹੈ ਸਾਰੇ ਕੰਮ, ਕਿਆ ਹੋਣਾ ਕਿਆ ਨਹੀਂ ਹੁੰਦਾ, ਬੰਦਾ ਅਗੇ ਸੇ ਕੋਸ਼ਿਸ਼ ਹੀ ਆਪਣੀ ਤਰਫ ਸੇ ਕਰ ਸਕਦਾ। ਤੋ ਬਾਕੀ ਉਹ ਜੋ ਕੱਲ੍ਹ ਮੈਂ ਆ ਸਾਥ ਬਾਤ ਸ਼ੇਅਰ ਕੀਤੀ ਉਹ ਲੜਕੇ ਵਾਲੀ, ਹਾਂਜੀ ਉਹ ਲੜਕਾ ਜਿਹੜਾ ਸੀ ਫਿਰ ਉਹਨਾਂ ਕੋਲ ਟੁਰ ਗਿਆ ਨਾ ਵਾਪਸ, ਨਹੀਂ ਬਲਾਲ ਭਾਈ ਸਹੀ ਦੱਸਿਆ ਜੀ, ਨਹੀਂ ਨਹੀਂ ਵਾਪਸ ਟੁਰ ਗਿਆ ਉਹ ਉਸੇ ਦਿਨ ਹੀ ਜਦੋਂ ਮੈਂ ਉੱਥੇ ਗਏ ਹਾਂ ਨਾ ਅਸੀਂ ਇੱਥੋਂ ਦੋਵੇਂ, ਅੱਛਾ ਸ਼ਾਮ ਨੂੰ, ਸ਼ਾਮ ਨੂੰ ਤੇ ਉਹ ਲੈਣ ਆਈਏ ਤੇ ਉਸੇ ਟੁਰ ਗਿਆ, ਦੋ ਟੁਰ ਗਿਆ ਫਿਰ ਦੁਬਾਰਾ ਟੁਰ ਗਿਆ, ਹੋਰ ਕੋਈ ਘਰ ਬਾਰ ਨਹੀਂ ਨਾ ਉਹਦਾ ਮਾਂ ਨਾ ਪਿਓ, ਨਾ ਉਹ ਫਿਰ ਇਸੇ ਤਰ੍ਹਾਂ ਹੀ ਹੈ, ਯਾਨੀ ਕਿ ਇੱਕ ਧੱਕੇ ਹੀ ਨੇ ਮਾਂ ਪਿਓ ਦੇ ਬਾਅਦ, ਤੇ ਉਹ ਦੇਖ ਕੇ ਤੇ ਬੜਾ ਕੱਲ ਜਿਹੜਾ ਨਾ ਦਿਲ ਦੇ ਅੰਦਰ ਆਈ ਤਕਲੀਫ ਹੋਈ, ਮੈਂ ਚਲੋ ਯਾਰ ਥੋੜੇ ਥੋੜਾ ਭਾਈਆਂ ਨਾਲ ਦੱਸੀਏ ਕਿ ਯਾਰ ਦੇਖੋ ਇਹ ਮਾਮਲਾ ਹੁੰਦਾ ਤੇ ਅੱਜ ਕੱਲ੍ਹ ਦੁਨੀਆ ਦੇ ਅੰਦਰ, ਬਹਰਹਾਲ ਠੀਕ ਹੈ ਦੋਸਤੋ, ਆਪਣੇ ਰਾਏ ਮੇਂ ਸ਼ੇਅਰ ਕੀਜੀਏਗਾ ਆਪ ਵੀ ਕਿ ਕੈਸੇ ਬਣ ਰਹੇ, ਔਰ ਹਾਈਟ ਹਮਾਰੀ ਵੀ ਮੁਕੰਮਲ ਹੋ ਗਈ ਹੈ ਇਸ ਵਕਤ, ਤਾਂ ਕਿ ਆਗੇ ਜੋ 6 ਫਿੱਟ ਹੋ ਗਈ ਨਾ ਉਹ ਜਾਲ ਕੀ ਲੋਕੇਸ਼ਨ ਕੇ ਮੁਤਾਬਕ ਉੱਪਰ ਸੇ 6 ਫਿੱਟ ਜੋ ਹੈ ਨਾ ਉਹ ਕਲੀਅਰ ਹੋਊਗੀ, ਕਿਉਂਕਿ ਜਾਲੀ ਕਾ ਸਾਇਜ਼ 6 ਫਿੱਟ ਰੱਖਾ ਹੋਇਆ ਮੈਂ, ਔਰ ਆਗੇ ਉਸਕੇ ਮੁਤਾਬਕ ਕਰੇਂਗੇ। ਤੋ ਠੀਕ ਹੈ ਦੋਸਤੋ, ਅਭੀ ਕਾਮ ਸ਼ਾਮ ਤੋਂ ਇਸੀ ਤਰ੍ਹਾਂ ਸੇ ਲੱਗੇ ਹੋਏ ਆ, ਵੀ ਦਾਣਾ ਮੈਂ ਕਬੂਤਰੋਂ ਨੂੰ ਘਰ ਵਾਲਾ ਕੋ ਵੀ ਡਾਲਣਾ, ਇਹ ਵੀ ਸਾਰੇ ਬਾਹੀ ਨੇ ਆਓਗੇ ਸਾਹਮਣੇ, ਤੋ ਫਿਰ ਇਨਸ਼ਾਅੱਲਾ ਆ ਕੇ ਸਾਰਾ ਜ਼ਿਆਦਾ ਡਿਸਕਸ ਹੋਊਗੀ, ਦੋਵਾਂ ਯਾਰ ਰੱਖਿਆ ਬੈਗ ਦੇ, ਜ਼ਿਆਦਾ ਅੱਲਾ ਹਾਫਿਜ਼।